ਜਿਹੜਾ ਸਰਕਾਰ ਆਪ ਦੇ ਦੁਆਰ ਇਹ ਪ੍ਰੋਗਰਾਮ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸ਼ੁਰੂ ਕੀਤਾ ਸੀਗਾ, ਉਹਦੇ ਤਹਿਤ ਅੱਜ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਅੱਜ ਗੁਰਦਾਸਪੁਰ ਤੋਂ ਪਹਿਲਾਂ ਘਰਾਲੇ ਜਿਹੜਾ ਵਾਰਡ ਨੰਬਰ 4 ਹੈ, ਉਸ ਤੋਂ ਬਾਅਦ ਨਵਾਂ ਪਿੰਡ, ਫਿਰ ਖੋਖਰ ਔਰ ਉਸ ਤੋਂ ਬਾਅਦ ਜੀਵਨਵਾਲ ਅਤੇ ਸਿੱਧਵਾ। ਅੱਜ ਇੱਥੇ ਇਹ ਜਿਹੜੇ ਕੈਂਪਸ ਨੇ ਲਾਏ ਜਾ ਰਹੇ ਨੇ ਔਰ ਸਾਰੇ ਡਿਪਾਰਟਮੈਂਟ ਜਿਹੜੇ ਨੇ ਅੱਜ ਇੱਥੇ ਮੌਜੂਦ ਨੇ ਤਾਂ ਕਿ ਲੋਕਾਂ ਨੂੰ ਦਫ਼ਤਰਾਂ ਦੇ ਵਿੱਚ ਨਾ ਜਾਣਾ ਪਵੇ, ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਜਿਹੜੀਆਂ ਸਰਕਾਰ ਦੀਆਂ ਸਹੂਲਤਾਂ ਨੇ ਜਾਂ ਜਿਹੜੇ ਉਹਨਾਂ ਦੇ ਮੁਸ਼ਕਲਾਂ ਨੇ ਉਹ ਮੌਕੇ 'ਤੇ ਹੱਲ ਕੀਤੀਆਂ ਜਾਣ। ਅੱਜ ਇੱਥੇ ਪਿੰਡ ਖੋਖਰ ਵਿੱਚ ਆਏ ਹਾਂ ਔਰ ਇੱਥੇ ਨਾਇਬ ਤਹਿਸੀਲਦਾਰ ਹਿਰਦੇਪਾਲ ਜੀ ਨੇ, ਜਿਨ੍ਹਾਂ ਦੀ ਰੈਵਨਿਊ ਵੱਲੋਂ ਡਿਊਟੀ ਆ, ਔਰ ਇਸੇ ਤਰੀਕੇ ਨਾਲ ਵੱਖਰੇ ਵੱਖਰੇ ਸੇਵਾ ਕੇਂਦਰ ਦੇ, ਬਿਜਲੀ ਦੇ, ਫੂਡ ਸਿਵਲ ਸਪਲਾਈ ਦੇ, ਪੈਨਸ਼ਨ ਦੇ ਸਾਰੇ ਇੰਪਲੋਈਜ਼ ਇੱਥੇ ਨੇ ਤਾਂ ਕਿ ਲੋਕ ਆਪਣੇ ਆਪ ਆ ਕੇ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਦਫ਼ਤਰ 'ਚ ਜਾ ਕੇ ਕਰਨੀਆਂ ਪੈਂਦੀਆਂ ਨੇ ਉਹ ਇੱਥੇ ਕਰ ਲੈਣ। ਜਿਵੇਂ ਕੋਈ ਜਮ੍ਹਾਂਬੰਦੀ ਦੇ ਵਿੱਚ ਕੋਈ ਤਰਮੀਮ ਕਰਾਉਣੀ ਆ, ਕਿਸੇ ਕੋਈ ਮੋਟੇਸ਼ਨ ਕਰਾਉਣੀ ਆ, ਔਰ ਜਿਹੜੇ ਸਾਡੇ ਆ ਕਈ ਵਾਰੀ ਰਾਸ਼ਨ ਕਾਰਡ ਜਿਹੜੇ ਕੱਟੇ ਗਏ ਨੇ ਉਹਨਾਂ ਦੇ ਫਾਰਮ ਸਬਮਿਟ ਕਰਨੇ ਨੇ, ਉਹਨਾਂ ਨੂੰ ਔਨਲਾਈਨ ਕਰਨਾ ਵਾ, ਜਿਹੜੀਆਂ ਕੋਈ ਪੈਨਸ਼ਨ ਲਗਾਉਣੀਆਂ ਨੇ, ਕਿਤੇ ਬਿਜਲੀ ਦੇ ਬਿੱਲ ਜ਼ਿਆਦਾ ਆ ਗਏ ਨੇ ਉਹਨਾਂ ਨੂੰ ਠੀਕ ਕਰਨਾ। ਸੋ ਇਹ ਸਾਰੇ ਕੰਮ ਜਿਹੜੇ ਨੇ ਹੋ ਰਹੇ ਨੇ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਲੋਕ ਹੁੰਮ ਪਾ ਕੇ ਇਹਨਾਂ ਕੈਂਪਾਂ ਦੇ ਵਿੱਚ ਪਹੁੰਚ ਰਹੇ ਨੇ ਔਰ ਇਸ ਚੀਜ਼ ਦਾ ਫਾਇਦਾ ਉਠਾ ਰਹੇ ਨੇ। ਔਰ ਮੈਨੂੰ ਇਸ ਗੱਲ ਦੀ ਵੀ ਢਾਰਸ ਹੈ ਵੀ ਜਿਹੜਾ ਇਹ ਵਾਅਦਾ ਭਗਵੰਤ ਮਾਨ ਜੀ ਨੇ ਆਮ ਲੋਕਾਂ ਨਾਲ ਕੀਤਾ ਸੀ, ਪੰਜਾਬ ਦੇ ਲੋਕਾਂ ਨਾਲ, ਕਿ ਜਿਹੜੀਆਂ ਇਹ ਸਹੂਲਤਾਂ ਨੇ ਇਹ ਤੁਹਾਨੂੰ ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਦੁਆਰ 'ਤੇ ਜਾ ਕੇ ਦਿੱਤੀਆਂ ਜਾਣਗੀਆਂ, ਅੱਜ ਬਖੂਬੀ ਦੇ ਨਾਲ ਉਹ ਦਿੱਤੀਆਂ ਜਾ ਰਹੀਆਂ ਨੇ ਔਰ ਲਗਾਤਾਰ ਇਹ ਕੈਂਪ ਜਿਹੜੇ ਨੇ ਬੜੇ ਕਾਮਯਾਬ ਹੋ ਰਹੇ ਨੇ। ਇਹਦੇ ਨਾਲ ਇੱਕ ਤਾਂ ਲੋਕਾਂ ਨੂੰ ਦਾ ਸਮਾਂ ਬਚ ਰਿਹਾ, ਲੋਕਾਂ ਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਪੈ ਰਹੀ, ਦਫ਼ਤਰਾਂ 'ਚ ਜਾ ਕੇ ਖੱਜਲ ਖੁਆਰੀ ਤੋਂ ਬਚਿਆ ਜਾ ਰਿਹਾ। ਸੋ ਇੱਥੇ ਬੈਠ ਕੇ ਸਾਰੇ ਕੰਮ ਜਿਹੜੇ ਨੇ ਅੱਜ ਉਹ ਮੌਕੇ 'ਤੇ ਹੋ ਰਹੇ ਨੇ। ਇਸ ਗੱਲ ਲਈ ਮੈਂ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਵੀ ਗੁਰਦਾਸਪੁਰ ਵਿਧਾਨ ਸਭਾ ਹਲਕੇ ਨੂੰ ਤਕਰੀਬਨ ਇਹ ਕੈਂਪ ਲਾ ਕੇ ਸਾਰਾ ਏਰੀਆ ਜਿਹੜਾ ਉਹ ਕਵਰ ਕੀਤਾ ਗਿਆ ਵਾ। ਕੈਂਪ ਕਿੰਨੇ ਕੁ ਪਿੰਡਾਂ 'ਚ ਲੱਗ ਰਹੇ ਨੇ ਰੋਜ਼ ਅਤੇ ਕਦੋਂ ਤੱਕ? ਇਹ ਤੁਹਾਨੂੰ ਮੈਂ ਦੱਸਿਆ ਵੀ ਤਕਰੀਬਨ 5 ਤੋਂ 6 ਕੈਂਪ ਜਿਹੜੇ ਨੇ ਐਵਰੇਜ ਚੱਲ ਰਹੇ ਨੇ। ਜਿਵੇਂ ਅੱਜ ਤੁਹਾਨੂੰ ਮੈਂ ਦੱਸਿਆ ਮਿਸਾਲ ਨਾਲੋਂ ਪਹਿਲਾਂ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਘਰਾਲੇ ਸੀਗਾ, ਉਸ ਤੋਂ ਬਾਅਦ ਨਵਾਂ ਪਿੰਡ ਸੀਗਾ, ਹੁਣ ਖੋਖਰ ਆ, ਇਸ ਤੋਂ ਬਾਅਦ ਜੀਵਨਵਾਲ ਆ, ਜੀਵਨਵਾਲ ਤੋਂ ਬਾਅਦ ਸਿੱਧੂ ਆ। ਸੋ ਇਸ ਤਰ੍ਹਾਂ ਲਗਾਤਾਰ ਇਸੇ ਤਰੀਕੇ ਨਾਲ ਅੱਗੇ 24 ਤਰੀਕ ਨੂੰ ਆ, ਫਿਰ 27 ਤਰੀਕ ਨੂੰ ਆ। ਸੋ ਸਾਰਾ ਏਰੀਆ ਜਿਹੜਾ ਹਲਕਾ ਜਿਹੜਾ ਕਵਰ ਹੋਊਗਾ ਔਰ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਹੱਲ ਹੋਣਗੀਆਂ। ਜਿਹੜਾ ਸਰਕਾਰ ਆਪ ਦੇ ਦੁਆਰ ਇਹ ਪ੍ਰੋਗਰਾਮ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸ਼ੁਰੂ ਕੀਤਾ ਸੀਗਾ, ਉਹਦੇ ਤਹਿਤ ਅੱਜ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਅੱਜ ਗੁਰਦਾਸਪੁਰ ਤੋਂ ਪਹਿਲਾਂ ਘਰਾਲੇ ਜਿਹੜਾ ਵਾਰਡ ਨੰਬਰ 4 ਹੈ, ਉਸ ਤੋਂ ਬਾਅਦ ਨਵਾਂ ਪਿੰਡ, ਫਿਰ ਖੋਖਰ ਔਰ ਉਸ ਤੋਂ ਬਾਅਦ ਜੀਵਨਵਾਲ ਅਤੇ ਸਿੱਧਵਾ। ਅੱਜ ਇੱਥੇ ਇਹ ਜਿਹੜੇ ਕੈਂਪਸ ਨੇ ਲਾਏ ਜਾ ਰਹੇ ਨੇ ਔਰ ਸਾਰੇ ਡਿਪਾਰਟਮੈਂਟ ਜਿਹੜੇ ਨੇ ਅੱਜ ਇੱਥੇ ਮੌਜੂਦ ਨੇ ਤਾਂ ਕਿ ਲੋਕਾਂ ਨੂੰ ਦਫ਼ਤਰਾਂ ਦੇ ਵਿੱਚ ਨਾ ਜਾਣਾ ਪਵੇ, ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਜਿਹੜੀਆਂ ਸਰਕਾਰ ਦੀਆਂ ਸਹੂਲਤਾਂ ਨੇ ਜਾਂ ਜਿਹੜੇ ਉਹਨਾਂ ਦੇ ਮੁਸ਼ਕਲਾਂ ਨੇ ਉਹ ਮੌਕੇ 'ਤੇ ਹੱਲ ਕੀਤੀਆਂ ਜਾਣ। ਅੱਜ ਇੱਥੇ ਪਿੰਡ ਖੋਖਰ ਵਿੱਚ ਆਏ ਹਾਂ ਔਰ ਇੱਥੇ ਨਾਇਬ ਤਹਿਸੀਲਦਾਰ ਹਿਰਦੇਪਾਲ ਜੀ ਨੇ, ਜਿਨ੍ਹਾਂ ਦੀ ਰੈਵਨਿਊ ਵੱਲੋਂ ਡਿਊਟੀ ਆ, ਔਰ ਇਸੇ ਤਰੀਕੇ ਨਾਲ ਵੱਖਰੇ ਵੱਖਰੇ ਸੇਵਾ ਕੇਂਦਰ ਦੇ, ਬਿਜਲੀ ਦੇ, ਫੂਡ ਸਿਵਲ ਸਪਲਾਈ ਦੇ, ਪੈਨਸ਼ਨ ਦੇ ਸਾਰੇ ਇੰਪਲੋਈਜ਼ ਇੱਥੇ ਨੇ ਤਾਂ ਕਿ ਲੋਕ ਆਪਣੇ ਆਪ ਆ ਕੇ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਦਫ਼ਤਰ 'ਚ ਜਾ ਕੇ ਕਰਨੀਆਂ ਪੈਂਦੀਆਂ ਨੇ ਉਹ ਇੱਥੇ ਕਰ ਲੈਣ। ਜਿਵੇਂ ਕੋਈ ਜਮ੍ਹਾਂਬੰਦੀ ਦੇ ਵਿੱਚ ਕੋਈ ਤਰਮੀਮ ਕਰਾਉਣੀ ਆ, ਕਿਸੇ ਕੋਈ ਮੋਟੇਸ਼ਨ ਕਰਾਉਣੀ ਆ, ਔਰ ਜਿਹੜੇ ਸਾਡੇ ਆ ਕਈ ਵਾਰੀ ਰਾਸ਼ਨ ਕਾਰਡ ਜਿਹੜੇ ਕੱਟੇ ਗਏ ਨੇ
ਉਹਨਾਂ ਦੇ ਫਾਰਮ ਸਬਮਿਟ ਕਰਨੇ ਨੇ, ਉਹਨਾਂ ਨੂੰ ਆਨਲਾਈਨ ਕਰਨਾ ਵਾ, ਜਿਹੜੀਆਂ ਕੋਈ ਪੈਨਸ਼ਨ ਲਗਾਉਣੀਆਂ ਨੇ, ਕਿਤੇ ਬਿਜਲੀ ਦੇ ਬਿੱਲ ਜ਼ਿਆਦਾ ਆ ਗਏ ਨੇ ਉਹਨਾਂ ਨੂੰ ਠੀਕ ਕਰਨਾ। ਸੋ ਇਹ ਸਾਰੇ ਕੰਮ ਜਿਹੜੇ ਨੇ ਹੋ ਰਹੇ ਨੇ, ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਲੋਕ ਹੁੰਮ ਪਾ ਕੇ ਇਹਨਾਂ ਕੈਂਪਾਂ ਦੇ ਵਿੱਚ ਪਹੁੰਚ ਰਹੇ ਨੇ ਔਰ ਇਸ ਚੀਜ਼ ਦਾ ਫਾਇਦਾ ਉਠਾ ਰਹੇ ਨੇ। ਔਰ ਮੈਨੂੰ ਇਸ ਗੱਲ ਦੀ ਵੀ ਢਾਰਸ ਹੈ ਵੀ ਜਿਹੜਾ ਵਾਅਦਾ ਭਗਵੰਤ ਮਾਨ ਜੀ ਨੇ ਆਮ ਲੋਕਾਂ ਨਾਲ ਕੀਤਾ ਸੀ, ਪੰਜਾਬ ਦੇ ਲੋਕਾਂ ਨਾਲ, ਕਿ ਜਿਹੜੀਆਂ ਇਹ ਸਹੂਲਤਾਂ ਨੇ ਇਹ ਤੁਹਾਨੂੰ ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਦੁਆਰ 'ਤੇ ਜਾ ਕੇ ਦਿੱਤੀਆਂ ਜਾਣਗੀਆਂ, ਅੱਜ ਬਖੂਬੀ ਦੇ ਨਾਲ ਉਹ ਦਿੱਤੀਆਂ ਜਾ ਰਹੀਆਂ ਨੇ ਔਰ ਲਗਾਤਾਰ ਇਹ ਕੈਂਪ ਜਿਹੜੇ ਨੇ ਬੜੇ ਕਾਮਯਾਬ ਹੋ ਰਹੇ ਨੇ। ਇਹਦੇ ਨਾਲ ਇੱਕ ਤਾਂ ਲੋਕਾਂ ਨੂੰ ਦਾ ਸਮਾਂ ਬਚ ਰਿਹਾ, ਲੋਕਾਂ ਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਪੈ ਰਹੀ, ਦਫ਼ਤਰਾਂ 'ਚ ਜਾ ਕੇ ਖੱਜਲ ਖੁਆਰੀ ਤੋਂ ਬਚਿਆ ਜਾ ਰਿਹਾ। ਸੋ ਇੱਥੇ ਬੈਠ ਕੇ ਸਾਰੇ ਕੰਮ ਜਿਹੜੇ ਨੇ ਅੱਜ ਉਹ ਮੌਕੇ 'ਤੇ ਹੋ ਰਹੇ ਨੇ। ਇਸ ਗੱਲ ਲਈ ਮੈਂ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਵੀ ਗੁਰਦਾਸਪੁਰ ਵਿਧਾਨ ਸਭਾ ਹਲਕੇ ਨੂੰ ਤਕਰੀਬਨ ਇਹ ਕੈਂਪ ਲਾ ਕੇ ਸਾਰਾ ਏਰੀਆ ਜਿਹੜਾ ਉਹ ਕਵਰ ਕੀਤਾ ਗਿਆ ਵਾ। ਕੈਂਪ ਕਿੰਨੇ ਕੁ ਪਿੰਡਾਂ 'ਚ ਲੱਗ ਰਹੇ ਨੇ ਰੋਜ਼ ਅਤੇ ਕਦੋਂ ਤੱਕ? ਇਹ ਤੁਹਾਨੂੰ ਮੈਂ ਦੱਸਿਆ ਵੀ ਤਕਰੀਬਨ 5 ਤੋਂ 6 ਕੈਂਪ ਜਿਹੜੇ ਨੇ ਐਵਰੇਜ ਚੱਲ ਰਹੇ ਨੇ। ਜਿਵੇਂ ਅੱਜ ਤੁਹਾਨੂੰ ਮੈਂ ਦੱਸਿਆ ਮਿਸਾਲ ਨਾਲੋਂ ਪਹਿਲਾਂ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਘਰਾਲੇ ਸੀਗਾ, ਉਸ ਤੋਂ ਬਾਅਦ ਨਵਾਂ ਪਿੰਡ ਸੀਗਾ, ਹੁਣ ਖੋਖਰ ਆ, ਇਸ ਤੋਂ ਬਾਅਦ ਜੀਵਨਵਾਲ ਆ, ਜੀਵਨਵਾਲ ਤੋਂ ਬਾਅਦ ਸਿੱਧੂ ਆ। ਸੋ ਇਸ ਤਰ੍ਹਾਂ ਲਗਾਤਾਰ ਇਸੇ ਤਰੀਕੇ ਨਾਲ ਅੱਗੇ 24 ਤਰੀਕ ਨੂੰ ਆ, ਫਿਰ 27 ਤਰੀਕ ਨੂੰ ਆ। ਸੋ ਸਾਰਾ ਏਰੀਆ ਜਿਹੜਾ ਹਲਕਾ ਜਿਹੜਾ ਕਵਰ ਹੋਊਗਾ ਔਰ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਹੱਲ ਹੋਣਗੀਆਂ।